ਭਗਤ ਰਵਿਦਾਸ ਜੀ ਮਹਾਰਾਜ ਕਹਿੰਦੇ ਆ ਨੀਚ ਹੈ ਊਚ ਕਰੇ ਮੇਰਾ ਗੋਬਿੰਦ, ਨੀਵਿਆਂ ਨੂੰ ਮਾਲਕ ਉੱਚਾ ਕਰ ਦਿੰਦਾ। ਮਾਲਕ ਕੌਣ ਹੈ? ਕੁਦਰਤੀ ਕਾਨੂੰਨ, ਲਾਅ ਆਫ ਨੇਚਰ, ਕੁਦਰਤ ਦੇ ਵਿੱਚ ਵਸਿਆ ਹੋਇਆ ਨਿਜਮ। ਹੁਣ ਜੇ ਮਾੜਾ ਜਿਹਾ ਦਿਮਾਗ ਲਾ ਕੇ ਵੇਖੀਏ, ਸਮਾਜ ਸਾਡਾ ਜਾਂ ਆਪਾਂ ਸਾਰੇ ਉੱਚਾ ਕਿਹਨੂੰ ਮੰਨਦੇ ਹਾਂ? ਜਿਹਦੇ ਕੋਲ ਪੈਸਾ ਜ਼ਿਆਦਾ ਹੋਵੇ, ਜ਼ਮੀਨ ਜ਼ਿਆਦਾ ਹੋਵੇ, ਪ੍ਰੋਪਰਟੀ ਜ਼ਿਆਦਾ ਹੋਵੇ, ਵੱਡਾ ਘਰ ਹੋਵੇ, ਚੰਗੀ ਨੌਕਰੀ ਹੋਵੇ, ਆਪਾਂ ਕਹਿੰਦੇ ਹਾਂ ਉੱਚਾ ਕਰਤਾ, ਮਾਲਕ ਦੀ ਬਾਹਲੀ ਕਿਰਪਾ ਵੀ ਬਹੁਤ ਉੱਚਾ, ਆਪਾਂ ਇੱਦਾਂ ਕਹਿੰਦੇ ਹਾਂ। ਬੰਦੇ ਤੇ ਰੱਬ ਦੀ ਕਿੱਡੀ ਕਿਰਪਾ, ਇੱਦਾਂ ਕਹਿੰਦੇ ਆਪਾਂ ਸਾਰੇ। ਪਰ ਸਾਡਾ ਇਹ ਪੈਮਾਨਾ ਜਿਹੜਾ ਆ ਬਹੁਤ ਗਲਤ ਹੈ। ਇਹ ਪੈਮਾਨਾ ਨਹੀਂ, ਇਹ ਕੋਈ ਨਿਸ਼ਾਨੀ ਨਹੀਂ। ਜਰਾ ਕੁ ਦਿਮਾਗ ਲਾ ਕੇ ਵੇਖੋ, ਜਰਾ ਸੋਚ ਕੇ ਵੇਖੋ, ਭਗਤ ਰਵਿਦਾਸ ਜੀ ਦੀਆਂ ਕਿਹੜੀਆਂ ਕੋਠੀਆਂ ਪਈਆਂ ਹੋਈਆਂ ਸੀ, ਕਿੰਨਾ ਕੁ ਪੈਸਾ ਸੀ ਭਗਤ ਨਾਮਦੇਵ ਜੀ ਕੋਲ ਜਾਂ ਕਬੀਰ ਜੀ ਕੋਲ, ਉੱਚੇ ਕਿਹੜੇ ਪਾਸਿਓਂ ਸੀ, ਇਹ ਸੋਚਣਾ ਬਣਦਾ। ਉਹ ਉੱਚੇ ਸੀ ਜਿਵੇਂ ਆਪਾਂ ਕਹਿੰਦੇ ਹੁੰਦੇ ਹਾਂ ਅਰਦਾਸ ਚ, ਸਿੱਖਾਂ ਦਾ ਮਨ ਨੀਵਾਂ ਮਤ ਉੱਚੀ। ਇਹ ਅਕਲ, ਸਮਝ, ਨੌਲੇਜ, ਜ਼ਿੰਦਗੀ ਨੂੰ ਵੇਖਣ ਦਾ ਨਜ਼ਰੀਆ, ਪੁਆਇੰਟ ਆਫ ਵਿਊ। ਤੁਸੀਂ ਆਪਣੀ ਲਾਈਫ ਨੂੰ, ਆਪਣੀ ਜ਼ਿੰਦਗੀ ਨੂੰ ਵੇਖਦੇ ਕਿੱਦਾਂ, ਪ੍ਰੋਸੈਸਰ ਕਿੱਦਾਂ ਦਾ ਤੁਹਾਡੇ ਕੋਲ? ਹਰ ਬੰਦੇ ਦਾ ਦਿਮਾਗ ਇੱਕ ਪ੍ਰੋਸੈਸਰ ਹੈ, ਜਿਹੜਾ ਜ਼ਿੰਦਗੀ ਨੂੰ ਕਿਵੇਂ ਵੇਖਦਾ ਹੈ, ਤੂੰ ਘਟਨਾਵਾਂ ਨੂੰ ਕਿਵੇਂ ਵੇਖਦਾ ਹੈ, ਆਲੇ ਦੁਆਲੇ ਨੂੰ ਕਿਵੇਂ ਵੇਖਦਾ ਹੈ। ਪ੍ਰੋਸੈਸਰ ਬੜੇ ਤਕੜੇ ਹੈ। ਨੀਚ ਹੈ ਊਚ ਕਰੇ ਮੇਰਾ ਗੋਬਿੰਦ। ਗੋਬਿੰਦ ਕੁਦਰਤ ਦੇ ਵਿੱਚ ਹੀ ਹੈ, ਕੁਦਰਤ ਦਾ ਨਿਜਮ ਹੀ ਹੈ। ਤੇ ਉੱਚੇ ਕੌਣ ਹੁੰਦੇ ਆ? ਜਿਹੜੇ ਉੱਚਾ ਹੋਣਾ ਚਾਹੁੰਦੇ, ਜਿਹੜਾ ਜਿਹੜੇ ਮੱਤ ਉੱਚੀ ਕਰਨੀ ਚਾਹੁੰਦੇ, ਉਹਨਾਂ ਦੀ ਮੱਤ ਉੱਚੀ ਹੋ ਜਾਂਦੀ ਹੈ। ਜਿਹੜੇ ਕਹਿੰਦੇ ਇੱਦਾਂ ਹੀ ਜ਼ਿੰਦਗੀ ਜਿਉਣੀ ਹੈ, ਐਂ ਠੀਕ ਹੈ, ਐਂ ਚੱਲੂ, ਉਹ ਉਵੇਂ ਰਹਿੰਦੇ ਆ। ਕਿਉਂਕਿ ਜੋ ਮੰਗ ਹੈ ਠਾਕੁਰ ਆਪਣੇ ਤੇ, ਸੋਈ ਸੋਈ। ਬੰਦਾ ਕਹਿੰਦਾ ਮੈਂ ਐਂ ਠੀਕ ਹਾਂ, ਉਹਨੂੰ ਉਹੋ ਜਿਹਾ ਮਿਲ ਜਾਂਦਾ। ਜਿਹੜਾ ਕਹਿੰਦਾ ਨਹੀਂ, ਮੈਂ ਤੇ ਸਮਝਣਾ, ਹੋਰ ਸਮਝਣਾ, ਹੋਰ ਸਮਝਣਾ, ਹੋਰ ਸਮਝਣਾ, ਉਹ ਓਨਾ ਹੀ ਜ਼ਿਆਦਾ ਸਮਝਦਾ। ਇੱਛਾ ਪੂਰਕ ਸਰਬ ਸੁਖ ਦਾਤਾ ਹਰ, ਇੱਛਾ ਪੂਰਕ ਹੈ। ਤੇ ਕਈਆਂ ਦੀ ਇੱਛਾ ਹੀ ਇੰਨੀ ਕਿ ਵੀ ਸਾਰੀ ਜ਼ਿੰਦਗੀ ਤਾਸ਼ ਖੇਡਣੀ ਹੈ, ਬਸ ਉਹਨੂੰ ਇੰਨਾ ਹੀ ਪਤਾ ਲੱਗਦਾ। ਜਿਸ ਬੰਦੇ ਦੀ ਇੱਛਾ ਹੀ ਇੰਨੀ ਕਿ ਵੀ ਮੈਂ ਬਸ ਇਹੋ ਜਿਹਾ ਹੀ ਸਿੱਖਣਾ, ਉਹੋ ਜਿਹਾ ਹੀ ਸਿੱਖਦਾ ਫਿਰ। ਤਾਂ ਕਰਕੇ ਜਿਹੜੇ ਕਹਿੰਦੇ ਜਿਹੜੇ ਉੱਚੇ ਹੋਣਾ ਚਾਹੁੰਦੇ ਨੇ, ਤੂੰ ਉੱਚਾ ਕਰ ਦਿੰਦਾ ਉਹਨਾਂ ਨੂੰ। ਪਰ ਕਿਹੜੇ ਪਾਸਿਓਂ? ਮੱਤ, ਸਮਝ। ਕਈ ਬੰਦਿਆਂ ਕੋਲ ਬਹੁਤ ਪੈਸਾ ਵੇਖਦੇ ਆ, ਪ੍ਰਾਪਰਟੀਆਂ ਬੜੀਆਂ ਹੈ, ਅਮੀਰ ਬਹੁਤ ਹੈ, ਪਰ ਕਿਸੇ ਵਿਸ਼ੇ ਤੇ ਉਹਦੇ ਨਾਲ ਤੁਸੀਂ ਗੱਲ ਕਰਕੇ ਵੇਖੋਗੇ, ਮਾਫ ਕਰਨਾ, ਇਦਾਂ ਲੱਗਦਾ ਵੀ ਯਾਰ ਕੱਖ ਨਹੀਂ ਪਤਾ। ਪੜ੍ਹਿਆ ਲਿਖਿਆ ਬੰਦਾ, ਇੰਨੀ ਪ੍ਰਾਪਰਟੀ ਹੈ, ਸਭ ਕੁਛ ਇਹਦੇ ਕੋਲ ਹੈ, ਰੰਗ ਰੂਪ ਸੋਹਣਾ, ਕੱਦ ਕਾਠ ਬਥੇਰਾ, ਜ਼ਮੀਨਾਂ ਜਾਇਦਾਦਾਂ ਬਥੇਰੀਆਂ, ਪਰ ਜਦੋਂ ਤੁਸੀਂ ਗੱਲ ਕਰਦੇ ਹੋ ਨਾ ਉਹਦੇ ਨਾਲ ਕਿਸੇ ਵਿਸ਼ੇ ਤੇ, ਤੇ ਕੱਖ ਨਹੀਂ ਆਉਂਦਾ। ਮੱਤ ਉੱਚੀ ਥੋੜਾ ਹੈ। ਪੈਸਾ ਕਮਾਉਣ ਵਾਲਾ ਪਾਸਾ ਤੇ ਠੀਕ ਹੈ, ਉਹਦਾ ਪੈਸਾ ਬੜਾ ਕਮਾ ਲਿਆ, ਪਰ ਜਰਨਲ ਨੌਲੇਜ ਵੇਖੋਗੇ, ਆਲੇ ਦੁਆਲੇ ਦਾ ਕੱਖ ਨਹੀਂ ਪਤਾ। ਇਸੇ ਕਰਕੇ ਕਈ ਬੰਦੇ ਵੇਖੇ ਆ, ਪੜ੍ਹੇ ਲਿਖੇ ਬਹੁਤ ਹੁੰਦੇ ਆ, ਪਰ ਧਰਮ ਵਾਲੇ ਪਾਸੇ ਕੱਖ ਨਹੀਂ ਪਤਾ ਹੁੰਦਾ ਉਹਨਾਂ ਨੂੰ। ਬੁੱਧੂ ਬਣਾ ਲੈਂਦਾ ਉਹਨਾਂ ਨੂੰ ਜਾਣਾ ਖਾਣਾ। ਵੱਡੀ ਵੱਡੀ ਪੜ੍ਹਾਈ ਕੀਤੀ ਹੈ, ਵਕੀਲ ਬਣ ਗਿਆ, ਡਾਕਟਰ ਬਣ ਗਿਆ, ਜੱਜ ਬਣ ਗਿਆ, ਪਰ ਹੱਥ ਵਿਖਾਉਂਦਾ ਫਿਰਦਾ ਇਧਰਲੇ ਪਾਸੇ ਜਮਾਂ ਹੀ ਜ਼ੀਰੋ ਹੁੰਦਾ। ਮਤਲਬ ਸਾਰੇ ਪਾਸਿਆਂ ਦੀ ਸਾਨੂੰ ਸਮਝ ਹੋਵੇ, ਨੌਲੇਜ ਹੋਵੇ, ਚਾਹੇ ਸਮਾਜ ਹੈ, ਚਾਹੇ ਰਾਜਨੀਤੀ ਹੈ, ਚਾਹੇ ਧਰਮ ਹੈ, ਹਰ ਪੱਖਾਂ ਦੀ ਜਿਹਨੂੰ ਨੌਲੇਜ ਹੈ, ਉਹ ਮੱਤ ਉੱਚੀ, ਉਹ ਜ਼ਰੂਰੀ ਹੈ। ਤੇ ਜਿਹੜੇ ਆਦੀ ਜਿਨ੍ਹਾਂ ਦੀ ਆਪਾਂ ਗੱਲ ਕਰਦੇ ਹਾਂ, ਨਾਮਦੇਵ ਆਪਾਂ ਪੜ੍ਹ ਕੇ ਹਟੇ ਹਾਂ,
ਨਾਮਦੇਵ ਕਬੀਰ ਤਲੋਚਨ ਸਦਨਾ ਸੈਣ ਤਰੈ। ਇਹ ਸਾਰੇ ਜਿਹੜੇ ਐ ਬਾਹਰੋਂ ਤੇ ਛੱਪਰੀਆਂ ਚ ਹੀ ਰਹੇ ਐ ਸਾਰੇ। ਪਰ ਬਾਦਸ਼ਾਹ ਵੀ ਕਹਿੰਦਾ ਸੀ ਵੀ ਜੇ ਗੱਲਬਾਤ ਮੇਰੇ ਨਾਲ ਕਰਨ ਲੱਗ ਗਏ ਨਾ ਮੇਰੇ ਤੋਂ ਜਵਾਬ ਥੋੜਾ ਹੋਣਾ ਹੈ ਦੇ ਸਕਦੇ, ਜੇ ਕਿਤੇ ਮੇਰੇ ਨਾਲ ਗੱਲ ਛੇੜ ਲੈ ਕੋਈ ਸਵਾਲ ਹੀ ਪੁੱਛ ਲੈ ਤੇ ਮੈਨੂੰ ਤੇ ਜਵਾਬ ਆ ਜੂ ਕਿਤੇ, ਤਾਂ ਜੈਲਸ ਹੁੰਦੀ ਹੈ ਤੇ ਪੈਸਾ ਸਾਡੇ ਕੋਲ ਬਹੁਤ ਹੈ ਪਰ ਅਕਲ ਇਹਨਾਂ ਕੋਲ ਹੀ ਨਹੀਂ, ਸੜਦੇ ਵੇ ਤੜਫਦੇ ਵੇ ਇੰਨੀ ਸਮਝ ਕੇ ਤਾਂ ਪ੍ਰਾਪਰਟੀਆਂ ਸਾਡੇ ਕੋਲ ਬੜੀਆਂ ਯਾਰ ਇਹਦੇ ਇਦਾਂ ਕਿਵੇਂ ਹੋ ਗਿਆ। ਉਹ ਬਾਦਸ਼ਾਹ ਤੜਫਦਾ ਤਵੀ ਤੇ ਬਿਠਾਉਂਦਾ ਗੁਰੂ ਅਰਜਨ ਦੇਵ ਜੀ ਬਣ ਗਿਆ। ਤਾਂ ਕਰਕੇ ਮੈਂ ਅਰਜ ਕਰਦਾ ਕਿ ਮਤ ਉੱਚੀ ਸਮਝ ਉੱਚੀ ਤੇ ਸਿੱਖ ਦਾ ਤੇ ਅਰਥ ਹੀ ਸਿੱਖਣਾ, ਸਿੱਖ ਦਾ ਮਤਲਬ ਹੈ ਸਿੱਖ, ਗੁਰਮਿਲ ਜੱਜ ਆਚਾਰ ਸਿੱਖ, ਸਿੱਖ ਦਾ ਮਤਲਬ ਹੈ ਸਿੱਖ, ਜਿਉਂ ਜੰਮਿਆ ਸਿੱਖੀ ਜਾ ਮਰਨ ਤੱਕ ਸਿੱਖੀ ਜਾ, ਸਿੱਖ ਦਾ ਹੀ ਰਹਿ ਆਲੇ ਦੁਆਲੇ ਤੋਂ ਸਿੱਖ ਦਾ ਰਹਿ, ਬਹੁਤ ਕੁਝ ਸਿੱਖ। ਤਾਂ ਕਰਕੇ ਅਸੀਂ ਉੱਚੇ ਹੋਣਾ ਤੇ ਜਦੋਂ ਉੱਚੇ ਹੋ ਗਏ ਮੱਤ ਉੱਚੀ ਹੋ ਗਈ ਫਿਰ ਜਿਹੜਾ ਮਨ ਭਟਕਦਾ ਫਿਰਦਾ ਹੈ ਜਿਵੇਂ ਹੁਣ ਕਦੇ ਕੋਈ ਖਿਆਲ ਆਉਂਦਾ ਕਦੇ ਕੋਈ ਖਿਆਲ ਆਉਂਦਾ ਕਦੇ ਨੈਗੇਟਿਵਿਟੀ ਜੀ ਆ ਜਾਂਦੀ ਹੈ ਕਦੇ ਮਾੜਾ ਜਿਹਾ ਪੋਜ਼ਿਟਿਵ ਹੋ ਜਾਂਦਾ ਅਪ ਡਾਊਨ ਚੱਲਦਾ ਰਹਿੰਦਾ ਹੈ ਕਬਹੂ ਜਿਹੜਾ ਊਬ ਚੜ੍ਹਤ ਹੈ ਕਬਹੂ ਜਾਏ ਪਿਆਲੇ ਲੋਭੀ ਜਿਹੜਾ ਥਿਰ ਨ ਰਹਿਤ ਹੈ ਚਾਰੇ ਕੁੰਟਾਂ ਭਾਲੇ। ਜਿਹੜੀ ਮਨ ਦੀ ਡਾਵਾਂ ਡੋਲਤਾ ਹੈ ਜਿਹੜਾ ਮਨ ਦਾ ਸਥਿਰ ਨਹੀਂ ਹੋ ਰਿਹਾ ਜਿਹੜਾ ਭਟਕਦਾ ਹੈ ਜਿਹੜਾ ਆਵਾਗਮਣ ਹੈ ਆਉਣੀ ਜਾਣੀ ਜੀ ਹੈ ਭਟਕਣਾ ਲੱਗੀ ਪਈ ਹੈ ਉਹ ਸਾਰੀ ਠੀਕ ਹੋ ਜਾਂਦੀ ਹੈ ਜਦੋਂ ਮਤ ਉੱਚੀ ਹੋ ਗਈ। ਤੇ ਵੀਰੋ ਮਨ ਨੂੰ ਇੱਕੋ ਹੀ ਸੰਗਲ ਪੈਂਦਾ, ਮਨ ਨੂੰ ਵਿਚਾਰਾਂ ਨੂੰ ਇੱਕੋ ਸੰਗਲ ਪੈਂਦਾ, ਕਿਹੜਾ ਗਿਆਨ ਕਾ ਬੱਧਾ ਮਨ ਰਹੇ, ਗਿਆਨ ਕਾ ਬੱਧਾ ਮਨ ਰਹੇ ਗੁਰਬਿਣ ਗਿਆਨ ਨਾ ਹੋਏ। ਜਿਵੇਂ ਪਾਣੀ ਕਹਿੰਦੇ ਘੜੇ ਚ ਵੱਜ ਜਾਂਦਾ ਕੁੰਭੇ ਬੱਧਾ ਜਲ ਰਹੇ, ਜਲ ਬਿਨ ਕੁੰਭ ਨਾ ਹੋਏ, ਕੁੰਭ ਚ ਘੜੇ ਚ ਜਿਵੇਂ ਜਲ ਵੱਜ ਜਾਂਦਾ ਏਦਾਂ ਹੀ ਕਹਿੰਦੇ ਜਿਹੜਾ ਮਨ ਹੈ ਇਹਨੂੰ ਗਿਆਨ ਦਾ ਸੰਗਲ ਪਾ ਦਿਓ ਫਿਰ ਵੱਜ ਜਾਂਦਾ। ਇਮੋਸ਼ਨ ਨੇ ਜਿਹੜੇ ਉਹਦੇ ਉੱਤੇ ਇੰਟੈਲੀਜੈਂਸ ਵਿਵੇਕ ਜਿਹਨੂੰ ਕਹਿੰਦੇ ਆ ਉਹ ਕੰਮ ਕਰੇ, ਇੰਟੈਲੀਜੈਂਟ ਬਣੇ ਬੰਦਾ, ਇਮੋਸ਼ਨ ਨੇ ਜਿਹੜੇ ਉਹਨੂੰ ਕੰਟਰੋਲ ਚ ਰੱਖੇ। ਮਤ ਉੱਚੀ ਮਨ ਨੀਵਾਂ, ਇਮੋਸ਼ਨ ਜਿਹੜੇ ਨੇ ਉਹ ਤੁਹਾਡੇ ਅੰਡਰ ਚੱਲਣ। ਹੁਣ ਸਾਡੇ ਇਮੋਸ਼ਨ ਹਾਵੀ ਹੋ ਜਾਂਦੇ ਆ, ਕਦੇ ਕਦੇ ਮੋਹ ਹਾਵੀ ਹੋ ਜਾਂਦਾ ਹੈ, ਕਦੇ ਕਦੇ ਕਾਮ ਹਾਵੀ ਹੋ ਜਾਂਦਾ ਹੈ, ਇਮੋਸ਼ਨ ਹਾਵੀ ਹੋ ਜਾਂਦੇ ਆ। ਤੇ ਜਦੋਂ ਮਤ ਉੱਚੀ ਰਹੇਗੀ ਮਨ ਨੀਵਾਂ ਰਹੇਗਾ, ਇਮੋਸ਼ਨ ਨੀਵੇਂ ਰਹਿਣਗੇ, ਮਤ ਉੱਚੀ ਵਿਵੇਕ ਸਮਝ ਅਕਲ। ਫਿਰ ਇੱਦਾਂ ਥੋੜਾ ਹੋਏਗਾ ਵੀ ਜੇ ਕੋਈ ਮੁੰਡਾ ਫੇਲ ਹੋ ਗਿਆ ਕਹੇਗਾ ਮੈਂ ਮਰ ਚੱਲਿਆ ਨਹਿਰ 'ਚ ਛਾਲ ਮਾਰਨ ਲੱਗਿਆ ਮੈਨੂੰ ਨੰਬਰ ਘੱਟ ਕਿਉਂ ਆਏ ਆ, ਇਮੋਸ਼ਨ ਕੰਟਰੋਲ 'ਚ ਨੇ, ਕੋਈ ਨਹੀਂ ਅਗਲੇ ਸਾਲ ਸੀ। ਜੇ ਕੋਈ ਬੰਦਾ ਕਰਜਾਈ ਹੋ ਗਿਆ ਤੇ ਉਹ ਕਹੇਗਾ ਫਾਹ ਲੈ ਲਵਾਂ, ਉਹ ਕਹੇਗਾ ਕੋਈ ਨਹੀਂ ਚੜਿਆ ਸੀ ਖਰਚਾ ਵੱਧ ਹੋ ਗਿਆ ਕੋਈ ਨਹੀਂ ਫੈਸਲੇ ਸਾਡੇ ਹੀ ਆ, ਲਾਉਂਦੇ ਰਹਾਂਗੇ ਹੌਲੀ ਹੌਲੀ ਕੀ ਹੋਏਗਾ, ਲੈ ਜਾਂਦੇ ਨੇ ਲੈ ਜਾਣ ਜ਼ਮੀਨ ਯਾਰ ਪ੍ਰਵਾਹ ਨਹੀਂ। ਇਦਾਂ ਦਾ ਦਿਮਾਗ ਵੱਡ ਆਪਣੇ ਆਪ ਤੇ ਕੰਟਰੋਲ ਰੱਖਣ ਲਵਾਂਗੇ, ਕੋਈ ਵੀ ਫੈਸਲਾ ਇਮੋਸ਼ਨ ਦੇ ਵੇਗ ਵਿੱਚ ਬਹਿ ਕੇ ਨਹੀਂ ਲਵਾਂਗੇ। ਜਜ਼ਬਾਤ, ਇਮੋਸ਼ਨ ਮਤਲਬ ਜਜ਼ਬਾਤ, ਜੇ ਪੰਜਾਬੀ ਚ ਕੀ ਹੈ ਜਜ਼ਬਾਤ, ਜਜ਼ਬਾਤੀ ਹੋ ਕੇ ਕੋਈ ਫੈਸਲਾ ਨਹੀਂ ਲਵਾਂਗੇ, ਜਜ਼ਬਾਤ ਦੇ ਉੱਤੇ ਦਿਮਾਗ ਹੋਏਗਾ। ਹੁਣ ਜਜ਼ਬਾਤ ਹਾਵੀ ਹੋ ਜਾਂਦੇ ਆ ਦਿਮਾਗ ਥੱਲੇ ਰਹਿ ਜਾਂਦਾ, ਦਿਮਾਗ ਬੰਦ ਹੋ ਜਾਂਦਾ ਸੋਚਦਾ ਨਹੀਂ ਤੇ ਜਜ਼ਬਾਤ ਜਿਹੜੇ ਆ ਹਾਵੀ ਹੋ ਜਾਂਦੇ ਆ। ਤੇ ਤਾਂ ਕਰਕੇ ਅਸੀਂ ਜਜ਼ਬਾਤੀ ਹੋ ਕੇ ਫੈਸਲੇ ਲੈਂਦੇ ਹਾਂ ਤੇ ਜਜ਼ਬਾਤੀ ਹੋ ਕੇ ਫੜੀਆਂ ਕਲਮਾਂ ਵੀ ਨੁਕਸਾਨ ਕਰਨਗੀਆਂ ਤੇ ਜਜ਼ਬਾਤੀ ਹੋ ਕੇ ਚੁੱਕੇ ਹਥਿਆਰ ਵੀ ਨੁਕਸਾਨ ਕਰਨਗੇ।
ਜਜ਼ਬਾਤੀ ਹੋ ਕੇ ਲਏ ਸਾਰੇ ਫੈਸਲੇ ਗਲਤ ਕਿਉਂਕਿ ਦਿਮਾਗ ਤੇ ਡੈਡ ਹੈ ਇਮੋਸ਼ਨ ਹਾਵੀ ਕਰ ਲੈ ਜਜ਼ਬਾਤੀ ਹੋ ਕੇ ਕੀਤੇ ਸਾਰੇ ਫੈਸਲੇ ਗਲਤ ਹੁੰਦੇ ਜਜ਼ਬਾਤ ਬੰਦਾ ਜਜ਼ਬਾਤੀ ਹੋਣਾ ਜ਼ਰੂਰ ਚਾਹੀਦਾ ਜਜ਼ਬਾਤ ਨਾ ਹੋਏ ਤੇ ਬੰਦਾ ਹੀ ਕਾਹਦਾ ਇਮੋਸ਼ਨ ਤੋਂ ਬਿਨਾ ਬੰਦਾ ਕਾਹਦਾ ਜਜ਼ਬਾਤੀ ਹੋਣਾ ਤੇ ਬੜਾ ਜ਼ਰੂਰੀ ਹੈ ਪਰ ਜਜ਼ਬਾਤਾਂ ਦੇ ਉੱਤੇ ਕੰਟਰੋਲ ਹੋਣਾ ਉਹ ਜ਼ਿਆਦਾ ਜ਼ਰੂਰੀ ਹੈ ਦਿਮਾਗ ਦਾ ਤੇ ਜੇ ਬੰਦਾ ਜਜ਼ਬਾਤੀ ਹੋ ਕੇ ਕੋਈ ਲੇਖ ਲਿਖਦਾ ਹੈ ਉਹ ਖਤਰਨਾਕ ਸਮਾਜ ਲਈ ਜਜ਼ਬਾਤੀ ਹੋ ਕੇ ਲੈਕਚਰ ਦਿੰਦਾ ਹੈ ਉਹ ਵੀ ਖਤਰਨਾਕ ਹੈ ਸਮਾਜ ਲਈ ਤੇ ਜਜ਼ਬਾਤੀ ਹੋ ਕੇ ਕੋਈ ਬੰਦਾ ਹਥਿਆਰ ਚੁੱਕ ਲਵੇ ਉਹ ਵੀ ਸਮਾਜ ਲਈ ਖਤਰਨਾਕ ਹੈ ਇਮੋਸ਼ਨ ਕਦੇ ਹਾਵੀ ਨਹੀਂ ਹੋਣ ਦੇਣੇ ਆਪਣੇ ਦਿਮਾਗ ਨੂੰ ਉੱਪਰ ਰੱਖਣਾ ਮਤ ਉੱਚੀ ਰੱਖਣੀ ਮਨ ਨੀਵਾਂ ਰੱਖਣਾ ਤੇ ਮਤ ਉੱਚੀ ਹੁੰਦੀ ਤਾਂ ਹੈ ਜੇ ਸਮਝ ਜ਼ਿਆਦਾ ਲਈਏ ਆਲੇ ਦੁਆਲੇ ਤੋਂ ਸਿੱਖਦੇ ਰਹੀਏ ਸਿੱਖ ਰਹੀਏ ਆਲੇ ਦੁਆਲੇ ਬਹੁਤ ਘਟਨਾਵਾਂ ਇਦਾਂ ਦੀਆਂ ਵਾਪਰ ਰਹੀਆਂ ਹੈ ਵਾਪਰਦੀਆਂ ਰਹੀਆਂ ਅੱਜ ਵਾਪਰ ਰਹੀਆਂ ਨੇ ਵਾਪਰਦੀਆਂ ਰਹਿਣਗੀਆਂ ਪਰ ਸਿੱਖੀ ਜਾਈਏ ਆਲੇ ਦੁਆਲੇ ਤੋਂ ਬਹੁਤ ਕੁਝ ਸਿੱਖਣਾ ਚਾਹੀਦਾ ਸਿੱਖੀ ਜਾਈਏ ਤਾਂ ਕਰਕੇ ਇੰਟੈਲੀਜੈਂਟ ਹੋ ਕੇ ਸਮਝਦਾਰ ਹੋ ਕੇ ਅਕਲ ਵਾਲੇ ਹੋ ਕੇ ਜਿੰਦਗੀ ਜਿਉਈਏ ਜਜ਼ਬਾਤਾਂ ਦੇ ਹੜ੍ਹ ਵਿੱਚ ਨਾ ਬਹਿ ਜਾਈਏ